ਮੁੰਡੇ ਨੇ ਸਾਈਕਲ ਕਢਾਈ ਹੈ ਨਵੀਂ ਸ਼ਰਾਬ ਦੀ। ਸਮਾਨ ਕਿੰਨੇ ਦੀ ਆਈ ਆ? 15,000 ਦੀ ਹੈ। ਚੈੱਕ ਕਰੀਏ ਤਾਂ ਰਾਊਟਾ ਲੈ ਗਿਆ ਇਹਦੇ 'ਤੇ ਕਿਹੜਾ ਪਿੱਛੇ ਹੋ ਅੱਗੋਂ। ਵਾਓ ਪਿੱਛੇ ਹੋ ਜਾਓ। ਗੋਸ਼ ਗੁਆਚ ਗਿਆ ਹਾਲੀ ਹੱਸਣ ਦਾ। ਵਾਹ ਬਾਈ ਛੋਟਾ ਬੱਚਾ ਸੀ, ਬਸ ਗਿਆ ਹੁਣ ਕਿੱਥੇ ਉਹਨੇ ਨਿਕਲਣਾ ਬਾਹਰ। ਉਹ ਇਹ ਤਾਂ ਨਹੀਂ ਕਿਤੇ ਵੇਖਣਾ ਚਿੱਟੇ ਚ ਰੰਗ ਦਾ। ਉਹ ਯਾਰ ਤੋਰਾ ਪਿਆ ਸੀ ਇਹਦਾ, ਮੈਂ ਸਮਝਿਆ ਰਿਹਾ ਖਰਗੋਸ਼ ਦਾ ਬੱਚਾ ਆ ਗਿਆ ਸਾਹਮਣੇ। ਤੋਰੇ ਵੀ ਵੇਖ ਹਨੇਰੀ ਦੇ ਵਿੱਚ ਉੱਡ ਉੱਡ ਕੇ ਨਾ, ਅਤੇ ਲੋਕਾਂ ਦਾ ਕੀ ਸਮਾਨ ਆ ਗਿਆ ਯਾਰ। بسم اللہ الرحمن الرحیم، السلام علیکم تمام دوستوں کو آج ایک اور نئے دن کے ساتھ اپنے یوٹیوب چینل پر ویلکم کہتے ہیں۔ امید ہے جی آپ تمام دوست بھی خیریت سے ہوں گے۔ آج ایک اور نئے دن کے ساتھ آج کی نئی ویڈیو کرتے ہیں شروع۔ تو ابھی صبح صبح جی ہم پہنچ گئے ہیں اپنی سبزی والی جگہ پہ جہاں پہ ہم نے پہلے بھنڈیاں لگائی تھیں۔ تو ابھی جو ہے نا یہاں پر بھنڈیاں لگی ہوئی ہیں، تو بھنڈیاں توڑنے کے لیے ہم ابھی پہنچے ہیں یہاں پر۔ دیکھیں ماشاء اللہ کتنی پیاری بھنڈیاں لگ گئی ہیں، ہماری محنت جناب ابھی جو ہے نا رنگ لے آئی ہے الحمدللہ۔ بسم اللہ الرحمن الرحیم۔ ٹھہر جا میں آپ ہی توڑنا وا۔ بسم اللہ۔ پھڑی چلو ਛੋਟੀ ਵੀ ਤੋੜ ਲੈਂਦੇ ਹਾਂ, ਕੂਲੀਆਂ ਪੱਕ ਜਾਂਦੀਆਂ ਸਹੀ। ਬੁੱਢੀ ਛੋਟੀ ਰਹਿਣ ਦਾ ਬਹੁਤ ਛੋਟੀਆਂ ਜਿਹੜੀਆਂ ਰਹਿਣ ਦਿੰਦੇ, ਫਿਰ ਆਪਣੇ ਬਾਅਦ 'ਚ ਤਿਆਰ ਹੋ ਜਾਂਦੀਆਂ ਹੈਗੀ ਬਹੁਤੀਆਂ ਛੋਟੀਆਂ ਜਿਹੜੀਆਂ ਸੁਣਨ। ਅਲਹਮਦੁਲਿਲਾ ਜੀ ਆਪਣੀ ਘਰ ਕੀ ਸਬਜ਼ੀ ਤਿਆਰ ਹੋ ਗਈ ਹੈ, ਤਾਂ ਬੜੀ ਖੁਸ਼ੀ ਹੋ ਰਹੀ ਹੈ ਮੁਝੇ। ਇਹ ਬਹੁਤੀਆਂ ਛੋਟੀਆਂ ਨਾ ਤੋਰੀ ਹਾਜੀ ਦੇਖਣ ਜੀ ਬਹੁਤ ਜ਼ਿਆਦਾ ਭਿੰਡੀਆਂ। ਬਹੁਤ ਜ਼ਿਆਦਾ ਤਾਂ ਨਹੀਂ ਹੈ ਪੁੱਤਰ, ਲੇਕਿਨ ਚਲੋ ਆਪਣੇ ਘਰ ਦੀ ਹੈ ਜਿਹੜੀ ਨਾ ਥੋੜ੍ਹੀ ਜਿਹੀ ਹੋਏ ਨਾ ਉਹ ਤਾਂ ਉਹਦੇ 'ਚ ਬਰਕਤ ਹੁੰਦੀ ਹੈ। ਮੰਡੀ
ਮੇਰੇ ਖਿਆਲ ਸਾਰੀਆਂ ਉਤਰ ਗਈਆਂ ਹੁਣ ਉਤਰ ਗਈਆਂ ਨੇ ਹੁਣ ਹੋਰ ਹੋ ਗਈ ਚਾਰ ਪੰਜ ਦਿਨਾਂ ਬਾਅਦ ਤਿਆਰ ਹੋਣ ਦੀ ਫਿਰ ਤੋ ਚੀਜ਼ ਥੋੜ੍ਹੀ ਹੋ ਜਾਂ ਜ਼ਿਆਦਾ ਇਹ ਮਾਇਨੇ ਨਹੀਂ ਰੱਖਦੀ ਲੇਕਿਨ ਆਪਣੀ ਮਿਹਨਤ ਕੀ ਚੀਜ਼ ਜਬ ਤਿਆਰ ਹੋਤੀ ਹੈ ਨਾ ਤੋ ਫਿਰ ਬਹੁਤ ਜ਼ਿਆਦਾ ਖੁਸ਼ੀ ਹੋਤੀ ਹੈ ਅਭੀ ਤਕਰੀਬਨ ਏਕ ਕਿਲੋ ਕੇ ਕਰੀਬ ਜੋ ਹੈ ਨਾ ਯੇ ਭਿੰਡੀ ਹਮਾਰੀ ਉਤਰੀ ਹੈ ਇਨਸ਼ਾਅੱਲਾ ਆਹਿਸਤਾ ਆਹਿਸਤਾ ਸੇ ਜੋ ਹੈ ਨਾ ਜ਼ਿਆਦਾ ਭਿੰਡੀਆਂ ਲਗਾ ਕਰੇਂਗੀ ਔਰ ਵੈਸੇ ਵੀ ਇਹ ਤਕਰੀਬਨ ਅਭੀ ਦੋ ਤਿੰਨ ਮਹੀਨੇ ਤੱਕ ਤੋਂ ਹਮਾਰੀ ਜੋ ਹੈ ਨਾ ਇਨਸ਼ਾਅੱਲਾ ਭਿੰਡੀ ਅਭੀ ਲਗਤੀ ਰਹੇਗੀ ਔਰ ਵਹਾਂ ਪਰ ਜੋ ਹੈ ਨਾ ਮੈਨੇ ਥੋੜ੍ਹਾ ਸਾ ਤਜਰਬਾ ਕੀਆ ਥਾ ਜੋ ਕਿ ਕਾਮਯਾਬ ਹੋਇਆ ਹੈ ਤੋ ਉਸਕੇ ਬਾਅਦ ਫਿਰ ਦੁਬਾਰਾ ਮੈਨੇ ਜੋ ਹੈ ਨਾ ਅਭੀ ਤਕਰੀਬਨ ਦੋ ਢਾਈ ਕਨਾਲ ਔਰ ਭਿੰਡੀ ਜੋ ਹੈ ਨਾ ਉਹ ਲਗਾਈ ਹੋਈ ਹੈ ਫਿਰ ਮਹੀਨੇ ਤੱਕ ਜੋ ਹੈ ਨਾ ਉਹ ਵੀ ਤਿਆਰ ਹੋ ਜਾਏਗੀ ਇਨਸ਼ਾਅੱਲਾ ਯਹਾਂ ਪਰ ਇਸ ਵਾਲੇ ਖੇਤ ਮੇ ਸਾਹਮਣੇ ਨਾ ਤਕਰੀਬਨ ਦੋ ਸੇ ਢਾਈ ਕਨਾਲ ਜਗ੍ਹਾ ਜਹਾਂ ਪਰ ਹਮਨੇ ਭਿੰਡੀ ਲਗਾਈ ਹੋਈ ਹੈ ਕੀ ਸੁੱਟ ਦਿੱਤਾ ਜੀ ਕੀ ਗੁੰਮ ਹੋ ਗਿਆ ਚਰੀ ਦੇ ਵਿੱਚ ਹੈਂ ਉਹ ਲੈ ਖਰਗੋਸ਼ ਦਾ ਬੱਚਾ ਜਿਹੜਾ ਨਾ ਭੱਠੇ ਦੇ ਵਿੱਚ ਵੜ ਗਿਆ ਜੀ ਬਹੁਤ ਔਖਾ ਕੰਮ ਹੈ ਹੁਣ ਲੱਭੇ ਕਿਤੇ ਹੈਂ ਜਾਣਾ ਕਿੱਥੇ ਪਰ ਇੰਨਾ ਵੱਡਾ ਖੇਤ ਇਹਦੇ ਹੁਣ ਕਿੱਥੋਂ ਲੱਭਣਾ ਹੁਣ ਨਹੀਂ ਲੱਭਣਾ ਮੇਰੇ ਖਿਆਲ ਨਾਲ ਅਲੀ ਇਹ ਸੰਧਾ ਜਨਾਬ ਖਰਗੋਸ਼ ਦਾ ਬੱਚਾ ਜਿਹੜਾ ਨਾ ਭੱਠਿਆਂ ਦੇ ਵਿੱਚ ਵੜ ਗਿਆ ਅਤੇ ਲੱਭਦਾ ਨਹੀਂ ਪਿਆ ਕਿਹੜੇ ਰੰਗ ਦਾ ਸੀ ਆ ਚਿੱਟੇ ਰੰਗ ਦਾ ਤਾਂ ਲੱਭ ਜਾਣਾ ਚਾਹੀਦਾ ਵੇ ਉਹ ਕਿਤੇ ਆਗਾ ਪਿਛਾ ਹੋ ਗਿਆ ਭਾਅ ਜੀ ਹੁਣ ਪਰ ਹੈ ਹੀ ਬੱਚਾ ਸੀ ਯਾਰ ਜ਼ਰੂਰ ਫਿਰ ਕਿੰਨੀ ਕੁ ਚਰੀ ਹਿਲਾਉਣੀ ਸੀ ਉਹਨੇ ਉਹ ਯਾਰ ਤੈਨੂੰ ਕਿਤੇ ਵੇਖਾਂ ਚਿੱਟੇ ਚ ਰੰਗ ਦਾ ਉਹ ਯਾਰ ਤੋਰਾ ਪਿਆ ਸੀ ਯਾਰ ਮੈਂ ਸਮਝਿਆ ਰੇ ਖਰਗੋਸ਼ ਦਾ ਬੱਚਾ ਆ ਗਿਆ ਸਾਹਮਣੇ ਤੋਰੇ ਵੀ ਵੇਖ ਹਨੇਰੀ ਦੇ ਵਿੱਚ ਉੱਡ ਉੱਡ ਕੇ ਨਾ ਅਤੇ ਲੋਕਾਂ ਦਾ ਕੀ ਕੀ ਸਮਾਨ ਆ ਗਿਆ ਯਾਰ ਔਖੀ ਗੱਲ ਹੈ ਹੁਣ ਲੱਭੇ ਤਾਂ ਖਰਗੋਸ਼ ਦਾ ਬੱਚਾ ਮੁੰਡੇ ਨੇ ਸਾਈਕਲ ਕਢਾਈ ਹੈ ਨਵੀਂ ਸ਼ਰਾਬ ਦੀ ਸੰਭਾਲ ਕਿੰਨੇ ਦੀ ਆਈ ਆ 15,000 ਦੀ ਹੈ ਚੈੱਕ ਕਰੀਏ ਤਾਂ ਰਾਊਟਾ ਲੈ ਗਿਆ ਤੇ ਇਹ ਪਿੱਛੇ ਹੋ ਅੱਗੋਂ ਵਾਹ ਪਿੱਛੇ ਹੋ ਜਾਓ ਉਹ ਇਹਨੂੰ ਗਰੀਸਾਂ ਕਰਵਾ ਸੰਭਾਲ ਹੈ ਬੜੀ ਭਾਰੀ ਹੈ ਸਾਈਕਲ ਬਾਏ ਬਾਏ ਹੁਣ ਨਹੀਂ ਲੱਭਣਾ ਖਰਗੋਸ਼ ਮੈਂ ਤੇ ਚੱਲਾ ਝੂਟਾ ਲੈਣ ਅਭੀ ਅਮ ਵੀ ਬਹੁਤ ਸਾਈਕਲ ਚਲਾਇਆ ਕਰਦੇ ਥੇ ਯਾਰ ਅਭੀ ਤੋਂ ਮੁੱਦਤੇ ਹੋ ਗਈ ਹੈ ਸਾਈਕਲ ਪਰ ਬੈਠੇ ਹੋਏ ਸਾਈਕਲ ਜੋ ਹੈ ਨਾ ਇਹ ਬਹੁਤ ਮੁਸ਼ਕਿਲ ਸੇ ਚੱਲ ਰਹੀ ਹੈ ਇਸਕੇ ਗਰੀਸਿੰਗ ਵਗੈਰਾ ਜੋ ਹੈ ਨਾ ਉਹ ਹੋਣੇ ਵਾਲੀ ਹੈ ਬਹੁਤ ਅੱਛੀ ਐਕਸਰਸਾਈਜ਼ ਹੈ ਯਾਰ ਸਾਈਕਲ ਚਲਾਉਣਾ ਜੋ ਹੈ ਨਾ ਇਹ ਸਿਹਤ ਕੇ ਲਈ ਬਹੁਤ ਹੀ ਫਾਇਦੇਮੰਦ ਹੈ
ਸੁਭਾਅ ਨਾ ਬੜੀ ਭਾਰੀ ਹੋ ਗਈ ਹੈ, ਗਰੀਸ ਗਰੂਸ ਕਰਵਾ ਇਹਨੂੰ। ਕੀ ਆਉਂਦਾ ਇਹਨੂੰ ਗਰੀਸਾਂ ਕਰਵਾ ਓਏ। ਨਹੀਂ ਨਾ ਲੱਭਾ ਖਰਗੋਸ਼, ਖਰਗੋਸ਼ ਗੁਆਚ ਗਿਆ ਹਾਲੀ ਹੱਸਣ ਦਾ। ਵਾਹ ਬਈ ਛੋਟਾ ਬੱਚਾ ਸੀ, ਬਸ ਗਿਆ ਹੁਣ ਕਿੱਥੇ ਉਹਨੇ ਨਿਕਲਣੇ ਬਾਹਰ। ਖੁਦ ਕਿੱਥੇ ਬਣਾ ਲੈਣੀ ਉਹਨੇ। ਅੱਛਾ ਜੀ ਚੱਲ ਫਿਰ ਪੱਕੀ ਗੱਲ ਹੈ, ਜਦੋਂ ਪੱਠੇ ਵੜਾ ਨੇ ਖੁੱਡ ਤੇ ਲੱਭੇਗੀ ਨਾ ਜਾਂਗਲੀ ਹੈ। ਆਓ ਤੂੰ ਇੱਕ ਛੋਟਾ ਬੱਚਾ ਫੜ ਕੇ ਤੂੰ ਲੈ ਜਾਵਾਂਗੇ। ਨਹੀਂ ਲੱਭਾ ਹੀ ਨਹੀਂ ਖਰਗੋਸ਼, ਕੇ ਲੈ ਕੇ ਜਾਣਾ ਛੋਟਾ ਬੱਚਾ ਫੜ ਕੇ।